ਜ਼ਿਲ੍ਹਾ ਗੁਜਰਾ ਵਾਲੇ ਚ ਸਭ ਤੋਂ ਜ਼ਿਆਦਾ ਮਾਰਕਾਟ ਮੇਰੇ ਪਿੰਡ ਚ ਹੋਈ ਮਰਾਲੀ ਵਾਲੇ ਸਭ ਤੋਂ ਜ਼ਿਆਦਾ ਜਿਉਂਦੇ ਲੋਕਾਂ ਨੂੰ ਸਾੜ ਦਿੱਤਾ ਗਿਆ। ਮੇਰੇ ਪਰਿਵਾਰ ਤੇ ਗੋਲੀ ਬੜੀ ਚੱਲੀ, ਮੇਰਾ ਇੱਕ ਤਾਇਆ ਉੱਥੇ ਸ਼ਹੀਦ ਹੋ ਗਿਆ, ਦੋ ਮੇਰੇ ਤਾਏ ਦੇ ਪੁੱਤਰ ਫੱਟੜ ਹੋ ਗਏ, ਇੱਕ ਦੀ ਅੱਖ 'ਚ ਗੋਲੀ ਲੱਗੀ, ਉਹਦੇ ਵੱਡੇ ਸਾਲ ਇੱਥੇ ਜਿਉਂਦੇ ਰਹੇ ਨੇ, ਇੱਕ ਦੇ ਇੱਥੇ ਗੋਲੀ ਪਿੱਛੇ ਲੱਗੀ। ਉਹਨਾਂ ਦੇ ਵਿੱਚ ਮੇਰਾ ਅੱਬਾ ਵੀ ਸੀ, ਇਹਨੂੰ ਕੁਛ ਨਹੀਂ ਲੱਗਿਆ, ਮੇਰਾ ਦਾਦਾ ਸੀ ਉਹਨੂੰ ਕੁਛ ਨਹੀਂ ਲੱਗਿਆ। ਇਹ ਸਾਡਾ ਇੱਕ ਸ਼ਹੀਦ ਹੋਇਆ, ਦੋ ਫੱਟੜ ਹੋਏ ਹਨ, ਬਾਕੀ ਸਭ ਬੰਦੇ ਬਾਹਰੋਂ ਕੁਜਰਾ ਵਾਲੇ ਛੁਰਾ ਮਾਰ ਲਿਆਂਦੇ ਗਏ, ਉਹਨਾਂ ਨੂੰ ਛੁਰੇਬਾਜ਼ ਕਹਿੰਦੇ, ਲਾਲਚ ਆ ਗਏ, ਲਾਲਚ, ਕੋਈ 100 ਕੁ ਬੰਦਾ ਉੱਥੋਂ ਬਾਹਰੋਂ ਲਿਆਂਦਾ ਗਿਆ, ਕੁਛ ਪਿੰਡ ਦੇ ਜਿਹੜੇ ਮਾੜੇ ਲੋਕ ਸਨ ਉਹ ਇਕੱਠੇ ਹੋਏ। ਪਹਿਲਾਂ ਇਹਨਾਂ ਕੋਰੋਟਾ ਨਾਲ ਮਾਰਿਆ ਰਾਤ ਨੂੰ 12 ਵਜੇ ਨਾਲ, 3 ਵਜੇ ਫਿਰ ਸਾਡੇ ਪਿੰਡ ਤੇ ਹਮਲਾ ਹੋਇਆ। ਫਿਰ ਜਿਹੜੇ ਅਸਲੇ ਲੋਕ ਸਨ ਉਹ ਸਾਡੀ ਬਾਗ ਤੇ ਆ ਕੇ ਹਮਲਾ ਕੀਤਾ ਉਹਨਾਂ ਨੇ, ਕਿਉਂ ਸਾਡੇ ਪਰਿਵਾਰ ਦਾ ਜਿਵੇਂ ਦੱਸਿਆ ਗਿਆ ਨਾ ਖਤਰਾ ਸੀ ਕਿ ਇਹਨਾਂ ਕੋਲ ਅਸਲਾ ਹੈ, ਬਾਕੀ ਸਾਡੇ ਕੋਲ ਕੁਛ ਨਹੀਂ ਸੀ ਉਸ ਟਾਈਮ। ਜਿਹੜੀ ਫਾਇਰਿੰਗ ਹੋਈ ਹੈ ਉਹ ਮੇਰੇ ਪਰਿਵਾਰ ਤੇ ਹੋਈ ਹੈ, ਜਿਹੜੇ ਪਿੰਡ ਚ ਲੁਟੇਰੇ ਵੜੇ ਨੇ ਉਹਨਾਂ ਫਿਰ ਇੱਕ ਪਾਸਿਓ ਹਿੰਦੂਆਂ ਨੂੰ ਜਿਉਂਦਿਆਂ ਨੇ ਘਰਾਂ ਨੂੰ ਅੱਗ ਲਾ ਦਿੱਤੀ, ਘੇਰ ਘੇਰ ਕੇ ਜਿਉਂਦੇ ਸਾੜ ਦਿੱਤੇ ਗਏ ਨੇ, ਬੜੀ ਮਾਰਕਾਟ ਹੋਈ ਬਹੁਤ ਜ਼ਿਆਦਾ, ਮੇਰਾ ਖਿਆਲ 1000 ਆਦਮੀ ਮਰਿਆ। ਜ਼ਿਲ੍ਹੇ ਗੁਜਰਾਵਾਲੇ ਤੋਂ ਸਭ ਤੋਂ ਜ਼ਿਆਦਾ ਮਾਰਕਾਟ ਕੋਰੋਟਾਲਾ ਤੇ ਮਰਾਲੀ ਵਾਲਾ। ਅੱਛਾ ਬਜ਼ੁਰਗ, ਉਦੋਂ ਨਾ ਕੋਈ ਸਮਾਂ ਹੀ ਐਵੇਂ ਦਾ ਮਾੜਾ ਜਿਹਾ ਬਣ ਗਿਆ, ਕੀ ਬਣਿਆ? ਮੈਨੂੰ ਇੰਨਾ ਪਿਆਰ ਸੀ, ਅਸੀਂ ਇੱਧਰ ਵਾਲੇ ਜਿਹੜੇ ਉੱਧਰੋਂ ਮਾਈਗ੍ਰੇਟ ਹੋ ਗਿਆ ਇਹਨੂੰ ਮੁਸਲਮਾਨ, ਉਹਨਾਂ ਦਾ ਕਰੀ ਦਾ ਉਹ ਵੀ ਇੰਜਰ ਹੁੰਦੇ ਨੇ ਕਿ ਸਾਡੇ ਸਾਰੇ ਮਾਰ ਦਿੱਤੇ, ਘਰਾਂ ਘਰ ਜਾੜ ਦਿੱਤੇ, ਬੀਬੀਆਂ ਨੂੰ ਬੱਚਿਆਂ ਨੂੰ ਖੂਹਾਂ ਵਿੱਚ ਛਾਲਾਂ ਮਾਰ ਗਏ, ਮਰ ਗਿਆ ਮੁਸਲਮਾਨ, ਇੰਨਾ ਪਿਆਰ ਪਤਾ ਕਿਵੇਂ ਨਫਰਤ ਚ ਬਦਲ ਗਿਆ। ਮੈਂ ਕਿਹਾ ਸਾਡਾ ਵੇਖੋ ਰਿਸ਼ਤਾ ਸਾਡਾ, ਮੇਰੇ ਬਾਪ ਨੂੰ ਪਾਲਣ ਵਾਲੀ ਮੁਸਲਮਾਨ ਮਰਾਸਣ ਹੈ, ਦੋ ਬੱਚੇ ਇਕੱਠੇ ਪਾਲੇ ਉਹਨੇ 6 ਮਹੀਨੇ ਤੱਕ, ਫਿਰ ਉਹਨੂੰ ਅਸਾਂ ਦੋ ਮੱਝਾਂ ਦਿੱਤੀਆਂ, ਤੂੰ ਆਪਣਾ ਪਰਿਵਾਰ ਤੂੰ ਵੀ ਪਾਲ, ਕਿਉਂ ਸਾਡੇ ਕੋਲ ਅੱਲਾ ਦੀ ਖੈਰ ਸੀ ਬੜੀ ਜ਼ਿਆਦਾ। ਤੇ ਇਸ ਤੋਂ ਉੱਤੇ ਹੋਰ ਕੀ ਜਿਹੜਾ ਅਸੀਂ ਇੱਕ ਜਿਹੜਾ ਸਾਡੇ ਖੂਨ ਦੇ ਵਿੱਚ ਇੱਕ ਮੁਸਲਮਾਨ ਮਾਂ ਦਾ ਦੁੱਧ ਵੀ ਹੈ, ਇਹਦੇ ਉੱਤੇ ਪਿਆਰ ਕੀ ਹੋ ਸਕਦਾ? ਮੁਸਲਮਾਨ ਮਾਂ ਵੀ ਉਹ ਜਿਹਨੂੰ ਲੋਕ ਥੋੜਾ ਨੀਵਾਂ ਪੰਥ ਮੰਨਦੇ ਨੇ, ਪਰ ਸਾਡੇ ਚ ਉਹਦਾ ਦੁੱਧ ਹੈ, ਪਰ ਉਹਦਾ ਦੁੱਧ ਸਾਡੇ ਖੂਨ ਚ ਹੈ ਨਾ, ਅਸੀਂ ਕਿਵੇਂ ਮਾੜਾ ਕਹਿ ਸਕਦੇ? ਜਿਹੜੇ ਬਾਪੂ ਨੇ ਦੁੱਧ ਪੀਤਾ ਸੀ ਉਹ ਕਿੱਦਾਂ ਉਸ ਜ਼ਿਲ੍ਹੇ ਤੋਂ ਗਿਆ? ਮੇਰਾ ਅੱਬਾ ਮੇਰੇ ਅੱਬੇ ਮੈਨੂੰ ਖੁਦ ਕਿਹਾ ਸੀ ਵੀ ਤੂੰ ਟਰਾਈ ਮਾਰ ਕੇ ਪਿੰਡ ਜਾਣਾ ਹੈ। ਅਸਲਾਮ ਅਲੈਕੁਮ, ਸਤਿ ਸ੍ਰੀ ਅਕਾਲ ਸੱਜਣਾਂ ਦੇ ਮਿੱਤਰੋ, ਮੈਂ ਤੁਹਾਡਾ ਵੀਰ ਮੁਹੰਮਦ ਨਵੀਰ, ਤੁਸੀਂ ਵੇਖਦੇ ਪਏ ਹੋ ਚੈਨਲ ਮੇਰਾ ਪਿੰਡ ਮੇਰਾ ਪੰਜਾਬ। ਠੀਕ ਹੈ ਨਜ਼ਰੀਆਂ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਵਿਸਾਖੀ ਮੇਲੇ ਸਰਦਾਰ ਆਏ ਹੋਏ ਨੇ 2024 ਦੇ ਵਿਸਾਖੀ ਮੇਲੇ 'ਤੇ ਅਸੀਂ ਇਸ ਟਾਈਮ ਮੌਜੂਦ ਹਾਂ ਜੀ ਲਾਹੌਰ। ਮੇਰੇ ਪਿੱਛੇ ਤੁਹਾਨੂੰ ਦਰਬਾਰ ਸਾਹਿਬ ਜਿਹੜਾ ਲਾਹੌਰ ਵਾਲਾ ਡੇਰਾ ਸਾਹਿਬ ਦਾ ਨਜ਼ਰ ਆ ਰਿਹਾ ਹੋਣਾ। ਇਸ ਟਾਈਮ ਸਾਡੇ ਨਾਲ ਜਿਹੜੇ ਸਾਡੇ ਮਹਿਮਾਨ ਚੜ੍ਹਦੇ ਪੰਜਾਬ ਆਏ ਨੇ, ਸਿੱਖ ਸਰਦਾਰ ਸਾਡੇ ਨਾਲ ਬੈਠੇ ਹੋਏ ਨੇ, ਇਹਨਾਂ ਨੂੰ ਅਸੀਂ 1947 ਦੇ ਹਵਾਲੇ ਨਾਲ ਇਹਨਾਂ ਨਾਲ ਗੱਲ ਕਰਾਂਗੇ ਸਾਰੀ, ਅਤੇ ਉਹਨਾਂ ਨਾਲ ਗੱਲਬਾਤ ਸਾਂਝੀ ਕਰਨੀ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਬਜ਼ੁਰਗੋ, ਕੀ ਹਾਲ? ਬਹੁਤ ਵਧੀਆ। ਕੀ ਨਾਂ ਆਪਣਾ ਜੀ? ਮੇਰਾ ਨਾਮ ਨਿਸ਼ਾਬਰ ਸਿੰਘ ਵਾਲਾ।
ਵਾਲੇ ਹੋ ਜੀ? ਹਾਂਜੀ ਅਸੀਂ ਜੱਟ ਦੇ ਵਾਲੇ। ਤੁਹਾਡੇ ਵਾਲ ਸਾਹਿਬ ਦਾ ਕੀ ਨਾਮ? ਸਰਦਾਰ ਬੂਟਾ ਸਿੰਘ ਵਾਲਾ। ਅੱਛਾ ਅੱਛਾ ਠੀਕ। ਤੇ ਆਪਣੇ ਕਿੱਥੋਂ ਪਿੰਡ ਨੂੰ ਕਿੱਥੇ ਤੁਸੀਂ ਸ਼ਰੀਫ ਲਿਆ ਚੜ੍ਹਦੇ ਪੰਜਾਬ? ਮੇਰੇ ਚੜ੍ਹਦੇ ਪੰਜਾਬ ਵਿੱਚ ਮੈਂ ਆਪਣਾ ਹਰਿਆਣਾ ਸਟੇਟ ਹੈ, ਜ਼ਿਲ੍ਹਾ ਕੁਰਕਸ਼ੇਤਰ ਹੈ, ਪਿੰਡ ਮੇਰਾ ਹਸਨਪੁਰ ਹੈ ਉੱਥੇ। ਤੁਹਾਡੇ ਪਿੰਡ ਦੇ ਨਾਲ ਪਿੰਡ ਕਿਹੜੇ ਕਿਹੜੇ ਨੇ? ਮੇਰੇ ਪਿੰਡ ਦੇ ਨਾਲ ਸੰਤੋਖਪੁਰਾ ਹੈ, ਵੱਡਾ ਪਿੰਡ ਲੁੱਖੀ ਹੈ, ਬਚਗਾਵਾਂ ਹੈ, ਉਸ ਦੇ ਨਾਲ ਲੱਗਦਾ ਜਿਮਰੇਡੀ ਪਿੰਡ ਆ, ਸਪਲਾਣੀ ਕਲਾਂ ਹੈ, ਫਿਰ ਇੱਧਰ ਥੋੜ੍ਹਾ ਜਿਹਾ ਆ ਜਾਂਦਾ ਆਪਣਾ ਦਬਖੜੀ ਆ ਜਾਂਦੀ ਹੈ, ਬਖਤਲਾ ਆ ਜਾਂਦਾ, ਇਹ ਸਾਡੇ ਚਾਰ ਚੁਫੇਰੇ ਪਿੰਡ ਬੈਠੇ ਹੋਏ ਨੇ। ਸਰਦਾਰ ਜੀ ਅਸੀਂ ਤੁਹਾਡੇ ਨਾਲ ਪਹਿਲੇ ਨੰਬਰ ਤੇ ਤੁਹਾਨੂੰ ਮੈਂ ਵੈਲਕਮ ਕਰਨਾ ਪਾਕਿਸਤਾਨ ਦੇ ਜੀ। ਥੈਂਕ ਯੂ ਥੈਂਕ ਯੂ। ਤੇ ਆਪਾਂ ਗੱਲ ਤੁਹਾਡੇ ਨਾਲ ਥੋੜੀ ਕੋ ਇਹਦੇ ਭਾਲੇ ਨਾਲ ਵੀ ਕਰਾਂਗੇ, ਤੇ ਥੋੜੀ ਕੋ ਮੈਂ ਸੰਤਾਲੀ ਬਾਰੇ ਤੁਹਾਡੇ ਨਾਲ ਕਰਨਾ ਚਾਹੁੰਦਾ। ਆਪਣੇ ਤੁਹਾਡੇ ਵੱਡੇ ਜਿਹੜੇ ਨੇ ਉਹ ਮਾਈਗ੍ਰੇਟ ਹੋ ਕੇ ਪਾਕਿਸਤਾਨ ਚ ਗਏ ਨੇ? ਹਾਂਜੀ ਪਾਕਿਸਤਾਨ। ਕਿਹੜਾ ਪਿੰਡ ਹੁੰਦਾ ਸੀ ਆਪਣਾ? ਸਾਡਾ ਪਿੰਡ ਸੀ ਮਰਾਲੀ ਵਾਲਾ। ਮਰਾਲੀ ਵਾਲਾ 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 ਯਾਨੀ ਮਰਾਲੀ ਵਾਲਾ ਮਰਾਲੀ ਵਾਲਾ ਲਿਖਾਂ ਮਰਾਲੀ ਵਾਲਾ ਹੁਣ ਮਰਾਲੀ ਵਾਲਾ ਹੋ ਗਿਆ। ਉਹ ਵਿਗੜ ਗਿਆ ਨਾ ਨਾ। ਹਾਂਜੀ ਹਾਂਜੀ ਮਰਾਲੀ ਵਾਲਾ ਪੁਰਾਣਾ ਜ਼ਿਲ੍ਹਾ ਗੁਜਰਾਂਵਾਲਾ। ਪੁਰਾਣਾ ਇਸ ਪਿੰਡ ਦਾ ਨਾਂ ਹੈ ਹਫਸੀਆਬਾਦ। ਅੱਛਾ ਅੱਛਾ। ਫਿਰ ਇਹਦਾ ਨਾਮ ਬਣਿਆ ਮਰਾਲੀ ਪੱਟੀ। ਅੱਛਾ ਅੱਛਾ। ਫਿਰ ਜਦੋਂ ਸਾਡੇ ਵਾਲਿਆਂ ਨੇ ਆ ਕੇ ਕਬਜ਼ਾ ਕੀਤਾ ਇਹਦਾ ਨਾਮ ਬਣ ਗਿਆ ਮਰਾਲੀ ਵਾਲਾ। ਮਰਾਲੀ ਵਾਲਾ ਹਾਂ, ਤਿੰਨ ਸਟੇਜਾਂ ਦਾ ਮੈਨੂੰ ਪਤਾ ਹੈ ਜੀ। ਅੱਛਾ ਅੱਛਾ ਹਾਂਜੀ। ਆਪਣੀ ਉਮਰ ਕਿੰਨੀ ਤੁਹਾਡੀ? ਮੇਰੀ ਅਸਲ 75 ਹੈ। 75 ਸਾਲ। 75 ਸਾਲ। ਅੱਛਾ ਜਾਨੀ ਤੁਹਾਡਾ ਜੰਮ ਬਾਅਦ ਚ? ਹਾਂ ਬਾਅਦ ਚ। ਦੋ ਤੋਂ 3 ਸਾਲ ਹੈ? ਦੋ 3 ਸਾਲ ਬਾਅਦ। ਹਾਂਜੀ। ਕਿਉਂਕਿ 70 ਸਾਲ ਬੀਤ ਗਏ ਆ, ਵੰਡ ਹੋਇਆ ਵੰਡਾ ਹੋਇਆ ਜਾੜੇ ਹੋਇਆ ਨਾ, ਠੀਕ ਹੈ 70 ਸਾਲ। ਅੱਛਾ ਆਪਣੇ ਬਜ਼ੁਰਗਾਂ ਦਾ ਨਾਂ ਕੀ ਸੀ ਜੀ? ਮੇਰੇ ਡੈਡੀ ਜੀ, ਮੇਰੇ ਫਾਦਰ ਸਨ, ਉਹਨਾਂ ਦਾ ਨਾਂ ਸਰਦਾਰ ਬੂਟਾ ਸਿੰਘ ਵਾਲਾ। ਮੇਰੇ ਦਾਦਾ ਜੀ ਦਾ ਨਾਂ ਕਿਸ਼ਤ ਸਿੰਘ ਵਾਲਾ। ਮੇਰੇ ਪੜਦਾਦਾ ਜੀ ਦਾ ਨਾਂ ਸੀ ਅੱਸਾ ਸਿੰਘ ਵਾਲਾ। ਉਸ ਤੋਂ ਅੱਗੇ ਸਾਡੀ ਇੱਕ ਪੀੜ੍ਹੀ ਜਿਹੜੀ ਹੈ ਉਹ ਸਰਦਾਰ ਜੀ ਦਾ ਸੀ, ਚੜ੍ਹਤ ਸਿੰਘ ਵਾਲਾ ਸੀ ਸਾਡੇ। ਇਹ ਚਾਰ ਪੀੜ੍ਹੀਆਂ ਦੀ ਮੈਨੂੰ ਜਾਣਕਾਰੀ ਹੈ। ਅੱਛਾ ਸਰਦਾਰ ਜੀ ਤੁਸੀਂ ਆਪਣੇ ਵੱਡਿਆਂ ਕੋਲੋਂ ਗੱਲਾਂ ਸਾਰੀ ਸੰਦਾਲੀ ਦੀ ਪੁੱਛੀ? ਮੈਂ ਕਿ ਸਾਨੂੰ ਅੱਜ ਦਿਸਦਾ ਪਿਆ ਜਦੋਂ ਅੱਖੀ ਵੇਖਿਆ ਸਾਰਾ ਕੁਝ। ਤੇ ਆਪਣੀ ਜ਼ਮੀਨ ਇੱਥੇ ਕਿੰਨੀ ਹੁੰਦੀ? ਇੱਥੇ ਸਾਡੀ ਜ਼ਮੀਨ ਲਗਭਗ 125-30 ਕਿੱਲੇ ਹਰੀ ਜ਼ਮੀਨ। ਪੂਰਾ ਭਾਰ ਸੀ ਇੱਥੇ? ਹਾਂਜੀ ਪੂਰਾ ਪੂਰਾ ਪਰਿਵਾਰ ਆਪਣੇ ਭਾਰ ਭਾਰ ਦਾ। ਹਾਂਜੀ ਘਰ ਆਪਣੇ ਕਿਵੇਂ ਦੱਸਦੇ ਕਿਵੇਂ? ਸਾਡੇ ਘਰ ਪੱਕੇ ਸਨ। ਅੱਛਾ। ਪਿੰਡ ਦੇ ਵਿੱਚ ਜਾਏ ਸਨ। ਅੱਛਾ। ਗਲੀ ਛੋਟੀ ਜਾਂਦੀ ਸਾਡੇ ਪਿੰਡ 'ਚ, ਉੱਥੇ ਹੁਣ ਕੋਈ ਮੁਹਾਜਰ ਗਏ ਨੇ, ਉਹਨਾਂ ਨੇ ਆਪਣੀ ਕੋਠੀ ਪਾਈ ਹੋਈ ਹੈ, ਉਹਨਾਂ ਨੇ ਮਕਾਨ ਬਣਾ ਲਿਆ, ਸਾਡੇ ਮਕਾਨ ਪੱਟ ਕੇ ਦੁਬਾਰਾ ਉਹਨਾਂ ਬਣਾਇਆ। ਉਹ ਰਾਜਪੂਤ ਨੇ? ਉਹ ਨੇ ਫਿਰ ਸ਼ਾਇਦ ਗੁੱਜਰ ਨੇ। ਅੱਛਾ ਗੁੱਜਰ ਨੇ। ਹਾਂ ਜਾਂ ਰਾਈ ਜਾਂ ਗੁੱਜਰ ਇਹੋ ਜਿਹਾ। ਆਪਣੇ ਬਜ਼ੁਰਗ ਦੱਸਦੇ ਹਾਂ ਕੋਈ ਅਸਲ ਨੰਬਰਦਾਰ ਕਿਹੜਾ ਸੀ? ਸਿੱਖਾਂ ਦਾ ਹੁੰਦਾ ਸੀ ਜਾਂ ਮੁਸਲਮਾਨਾਂ ਦਾ? ਇੱਕ ਨੰਬਰਦਾਰੀ ਸਾਡੇ ਪਰਿਵਾਰ ਹੀ ਸੀ, ਸੱਤ ਲੰਬੜਦਾਰ ਸਾਡੇ ਪਿੰਡ ਦੇ। ਅੱਛਾ ਅੱਛਾ। ਇੱਕ ਲੰਬੜਦਾਰੀ ਸਾਡੇ ਪਰਿਵਾਰ ਦੀ ਸੀ। ਆਪਾਂ ਸੰਤਾਲੀਆ ਇੱਥੋਂ ਵਾਲੇ ਪੁੱਛਣੇ ਆ, ਪਾਕਿਸਤਾਨ ਵਾਲੇ? ਹਾਂਜੀ ਪਾਕਿਸਤਾਨ ਦੀ ਗੱਲ ਹੈ। ਅਸੀਂ ਪਾਕਿਸਤਾਨ ਦੇ ਵਿੱਚ ਇੱਕ ਲੰਬੜਦਾਰੀ ਮੇਰੇ ਪਰਿਵਾਰ ਦੀ ਸੀ। ਅੱਛਾ ਅੱਛਾ। ਬਾਕੀ ਇੱਕ ਖੱਤਰੀ ਲੰਬੜਦਾਰ ਸੀ, 4-5 ਜਿਹੜੇ ਲੰਬੜਦਾਰ ਸਨ ਉਹ ਮੁਸਲਮਾਨ ਪਰਿਵਾਰ ਦੇ। ਪਿੰਡ ਬਹੁਤ ਵੱਡਾ ਸੀ, ਬਹੁਤਾ ਹੀ ਵੱਡਾ ਪਿੰਡ ਹੈ। ਅੱਜ ਕੱਲ੍ਹ ਕਾਰਪੋਰੇਸ਼ਨ ਬਣ ਗਈ ਹੈ, ਉੱਥੇ ਚੇਅਰਮੈਨ ਬਣਦਾ, ਉਹ ਵੀ ਸਾਡਾ ਵਾਲਾ ਬਣਦਾ ਹੈ ਉਸ ਪਿੰਡ। ਭਲਾ ਤੁਹਾਡੇ ਇਸ ਪਿੰਡ ਵਿੱਚ ਉਹ ਸੰਤਾਲੀ ਟਾਈਮ ਤੁਹਾਡੇ ਅੱਬੀ ਜੀ ਨੇ ਤੁਹਾਨੂੰ, ਦਾਦੇ ਜੀ ਨੇ ਤੁਹਾਨੂੰ ਦੱਸਿਆ ਹੋਏਗਾ, ਬਰਾਦਰੀ ਕਿਹੜੀ ਕਿਹੜੀ? ਵਾਲਿਆਂ ਤੋਂ ਇਲਾਵਾ ਹੋਰ ਕਿਹੜੀ ਸੀ? ਭਲਾ ਵਾਲਿਆਂ ਤੋਂ ਇਲਾਵਾ ਸਰਦਾਰਾਂ ਦੀ ਉੱਥੇ ਪਿੰਡਰ ਵੀ ਸਨ, ਮਾਝਵੇ ਵੀ ਸਨ। ਮੈਂ ਹੋਰ ਕੋਈ ਖਾਸ ਯਾਦ ਨਹੀਂ ਸੀ। ਮੈਂ ਮੋਸਟ ਇੰਪੋਰਟੈਂਟ ਜਾਤ ਵਾਲੇ ਸੀ ਇੱਥੇ। ਹੋਰ ਤੁਹਾਨੂੰ ਗੱਲਾਂ ਕਿਹੜੀ ਦੱਸੇ ਤੁਸੀਂ? ਖੁਦ ਬਹੁਤ ਦੱਸੋ ਨਾ ਸਾਨੂੰ, ਤੁਹਾਡੀ ਪਹਿਲੇ ਕਿੰਨੇ ਯੋਗਾ ਰੱਖੀਆਂ ਸਾਡੇ? ਉਸ ਟਾਈਮ ਸਾਡੇ ਕੋਲ 3 ਯੋਗਾ ਹਨ। ਮੇਰਾ ਫਾਦਰ ਇਕੱਲਾ ਹੀ ਸੀ, ਮੇਰਾ ਦਾਦਾ ਵੀ ਇਕੱਲਾ ਹੀ ਸੀ। ਅੱਛਾ ਅੱਛਾ। ਇਕੱਲੇ ਇਕੱਲੇ ਸੰਪਰਕ? ਹਾਂਜੀ। ਫਿਰ ਮੇਰੇ ਫਾਦਰ ਨੇ ਜੋ ਪੜ੍ਹਾਈ ਛੱਡੀ, 10 ਜਮਾਤਾਂ ਪਾਸ ਕੀਤੀਆਂ ਨੇ ਉੱਥੇ ਗੌਰਮੈਂਟ ਹਾਈ ਸਕੂਲ ਕੁਝਰਾਲੇ ਚ। ਅੱਛਾ ਅੱਛਾ। 6 ਜਮਾਤਾਂ ਉਹਨੇ ਪਿੰਡ ਹੀ ਪੜ੍ਹੀਆਂ ਨੇ। ਅੱਛਾ ਜੀ। ਹਾਂਜੀ। ਬਹੁਤ ਬੜੇ ਸਨ। 10ਵੀਂ ਪਾਸ ਕਰਕੇ ਗਏ ਨੇ ਇੱਥੋਂ। ਅੱਛਾ ਅੱਛਾ। ਫਿਰ ਛੱਡ ਕੇ ਆਪਣੀ ਖੇਤੀ ਸ਼ੁਰੂ ਕਰ ਦਿੱਤੀ। ਉਸ ਟਾਈਮ ਸਾਡੀਆਂ 3 ਚੋਕਾਂ ਹਨ, 2 ਘੋੜੀਆਂ ਨੇ ਸਾਡੇ ਕੋਲ, ਕੋਈ ਮੱਝਾਂ ਦਾ ਕਰੀਬ 18-20 ਦੇ ਕਰੀਬ ਸਨ ਛੱਡ ਕੇ ਆਇਆ ਸੀ ਜਿਹੜੇ ਇੱਥੇ ਛੱਡ ਕੇ ਆਇਆ।
ਚਾਰ ਖੂਹ ਹਨ ਸਾਡੇ। ਸਿੱਖਾਂ ਵਾਲਾ ਖੂਹ, ਸਿੱਖਾਂ ਵਾਲਾ ਖੂਹ, ਟਾਲੀ ਵਾਲਾ ਖੂਹ, ਪਿਆਰੇ ਵਾਲਾ ਖੂਹ, ਇਹ ਚਾਰ ਪੰਜ ਖੂਹ ਸਾਡੇ ਕੋਲ। ਨਹਿਰੀ ਪਾਣੀ ਕਾਫੀ ਸੀ। ਅੱਛਾ ਸਰਦਾਰ ਜੀ, ਜਿਹੜੇ ਪਹਿਲਾਂ ਨਾਂ ਸਨ ਨਾ, ਹਾਂਜੀ, ਅਕਸਰ ਹੀ ਉਹ ਨਾਂ ਹਜੇ ਵੀ ਉਹ ਨਾਂ ਬੋਲਦੇ। ਹਾਂ, ਅਜੇ ਕਾਇਮ ਨੇ, ਉਹਨਾਂ ਦੇ ਨਾਵਾਂ ਤੇ ਬੋਲਦੇ। ਹਾਂ, ਉਹਨਾਂ ਨਾਵਾਂ ਤੇ ਬੋਲਦੇ ਪੈਂਦੇ ਤੇ ਸਾਡੇ ਉਸ ਵੈਸੇ ਮੇਰੇ ਦਾਦਾ ਜੀ ਪੜਦਾਦਾ ਜੀ ਦੋ ਭਰਾ ਸਨ, ਇੱਕ ਸਾਡਾ ਦੂਜਾ ਪਰਿਵਾਰ ਹੈ ਉਹ ਵੀ ਇੰਨਾ ਹੀ ਮਾਲਕ ਹੈ ਸਾਡੇ ਨਾਲ। ਅੱਛਾ ਅੱਛਾ, ਮਤਲਬ ਲਗਭਗ 250 ਕਿੱਲੇ ਦੇ ਮਾਲਕ ਸੀ। ਅੱਛਾ ਅੱਛਾ, ਜਿਹੜਾ ਮੇਰਾ ਪੜਦਾਦਾ ਪਰਿਵਾਰ ਸੀ ਨਾ ਉਹ 250 ਏਕੜ ਦਾ ਮਾਲਕ ਸੀ। ਮੇਰਾ ਦਾਦਾ ਆਪਣੀ ਜ਼ਮੀਨ ਜਦ ਇੱਥੇ ਹਿੱਸੇ ਤੇ ਜਾਂ ਮਜ਼ਾਰੇ ਮਜ਼ਾਰੇ ਨੂੰ ਦੇ ਛੱਡਦਾ ਹੁੰਦਾ ਸੀ, ਵਾਈ ਘੱਟ ਕਰਦਾ। ਇਹਨੇ ਪੜ੍ਹਾਈ ਛੱਡ ਕੇ ਫਿਰ ਵਾਈ ਸ਼ੁਰੂ ਕੀਤੀ ਹੈ ਤੇ ਬਸ ਉਦੋਂ ਤਾਂ ਪਾਰਟੀਸ਼ਨ ਤੱਕ ਖੇਤੀ ਕਰਦਾ ਰਿਹਾ। ਪਹਿਲਾਂ ਜਾਂ ਤਾਂ ਤੁਹਾਡੇ ਬਾਪੂ ਜੀ ਸਕੂਲੇ ਪੜ੍ਹਦੇ ਹੋਣਗੇ। ਹਾਂਜੀ, ਤੁਹਾਡੇ ਬਾਪੂ ਨੇ ਤੁਹਾਨੂੰ ਦੱਸਿਆ ਨਹੀਂ ਕੋਈ ਮੇਰਾ ਯਾਰ ਫਲਾਣਾ ਹੁੰਦਾ ਇਹਨੂੰ ਸੁਣਾ? ਮੈਂ ਭੁੱਲ ਚੁੱਕਾ, ਬਸ ਕਾਫੀ ਨਾਂ ਲੈਂਦੇ ਹਨ, ਇਹਨਾਂ ਦੇ ਆਪਣੇ ਅਧਿਆਪਕਾਂ ਦੇ ਨਾਂ ਵੀ ਲੈਂਦੇ ਹਨ, ਮੁਸਲਮਾਨ ਟੀਚਰ ਸਨ, ਇੱਕ ਪੰਡਿਤ ਟੀਚਰ ਸੀ, ਕਾਫੀ ਨਾਂ ਲੈਂਦੇ ਹਨ ਉਹਨਾਂ ਦੇ। ਸਾਨੂੰ ਪੂਰੀਆਂ ਆਪਣੀਆਂ ਗੱਲਾਂ ਸੁਣਾਉਂਦੇ ਹੁੰਦੇ? ਬਿਲਕੁਲ, ਸਾਨੂੰ ਤਾਂ ਅੱਜ ਜੀ ਉਹ ਸ਼ੀਸ਼ਾ ਵਿਖਾਉਂਦੇ ਨੇ, ਦਿਮਾਗ ਦੇ ਪਾਈਆਂ ਸਾਡੇ ਲਾ ਕੇ ਬਹਿ ਕੇ ਸੁਣਦੇ ਨੇ। ਬਿਲਕੁਲ, ਬੜੇ ਪ੍ਰੇਮ ਸਾਨੂੰ ਅੱਜ ਬਣਾਤਾ, ਜੋ ਅੱਖੀ ਵਿਖੀ ਯਾਦਾਂ ਨੇ ਸਾਡੇ, ਸਾਨੂੰ ਐਸੇ ਮਹਿਸੂਸ ਕੀ ਦੱਸਦੇ ਹੁੰਦੇ ਆ ਕਿ ਜਿਹੜੇ ਮੁਸਲਮਾਨ ਹੈ ਸਨ ਤੁਹਾਡੇ ਪਿੰਡ ਚ? ਬੜਾ ਪਿਆਰ ਮੁਹੱਬਤ ਸੀ, ਬੜਾ ਪਿਆਰ ਮੁਹੱਬਤ ਸੀ। ਮੁਸਲਮਾਨ ਅਰਾਈ ਸਨ, ਅਰਾਈ ਅਰਾਈ ਨਵੇਂ ਰਾਈ ਨਹੀਂ ਫਿਰ ਅਰਾਈ ਸਨ ਉੱਥੇ ਪਿੰਡ ਚ। ਕੁਝ ਕਸ਼ਮੀਰੀ ਮੁਸਲਮਾਨ ਵੱਜਦੇ ਹਨ, ਕੁਝ ਭੱਟੀ ਮੁਸਲਮਾਨ ਉੱਥੇ ਕਾਫੀ ਸਨ, ਤੇ ਪੰਜ ਚਾਰ ਜਾਤਾਂ ਉੱਥੇ ਮੁਸਲਮਾਨ ਦੀ ਹਨ। ਅਸਲ ਇਹਦੀ ਮੁਸਲਮਾਨ ਆਬਾਦੀ ਜ਼ਿਆਦਾ ਸੀ। ਗੁਰਦੁਆਰਾ ਦੱਸਣ ਤਾਂ ਦੱਸਿਆ, ਇੱਕ ਗੁਰਦੁਆਰਾ ਕਿੰਨੇ? ਗੁਰਦੁਆਰਾ ਸਾਡਾ 21 ਸੀ, ਤੇ ਮਸਜਿਦ? ਮਸਜਿਦ ਤਾਂ 3-4 ਸਨ, ਪਿੰਡ ਵੱਡਾ ਹੋਣ ਕਰਕੇ ਮੁਸਲਮਾਨ ਆਬਾਦੀ ਜ਼ਿਆਦਾ ਹੋਣ ਕੇ ਮਸਜਿਦਾਂ 3-4 ਸਨ। ਸਾਡੀ ਜਿਹੜੇ ਮਾਲ ਡੰਗਰ ਦੀ ਰਿਹਾਇਸ਼ ਸੀ ਨਾ, ਜਿਹੜੀਆਂ ਉੱਥੋਂ ਦੀਆਂ ਹਿੰਦੂਆਂ ਦੀਆਂ ਮੜੀਆਂ ਹਨ ਨਾ, ਉਹਨਾਂ ਦੇ ਕੋਲ ਸਫ਼ਰ ਦੀ ਰਿਹਾਇਸ਼ ਜਿਹੜੀ ਸੀ, ਲਗਭਗ ਸਾਡਾ ਮਾਲ ਡੰਗਰ ਉੱਥੇ ਹੋਇਆ ਕਰਦਾ ਸੀ, ਬਾਕੀ ਪਰਿਵਾਰ ਘਰ ਪਿੰਡ ਜਿਹੜੇ ਹਨ। ਜਦੋਂ ਅਸੀਂ ਛੱਡ ਕੇ ਆਏ ਨਾ, ਮਾਲ ਡੰਗਰ ਉਸੇ ਬਾਹਰ ਹੀ ਛੱਡਿਆ, ਬਾਹ ਕਿਤੇ ਅਸੀਂ ਬਾਕਾਂ ਬੋਲਦੇ ਹਾਂ ਸਾਡੀਆਂ, ਉੱਥੇ ਹੀ ਮਾਲ ਡੰਗਰ ਸਾਰਾ ਛੱਡ ਕੇ ਆਇਆ, ਸਾਡੇ ਤੇ ਹਮਲਾ ਤਗੜਾ ਹੋਇਆ। ਅੱਛਾ, ਮੈਂ ਉਹ ਪੁੱਛਣਾ ਤੁਹਾਨੂੰ ਕਿ ਆਪਣੇ ਪਿੰਡ ਵਿੱਚ ਭਾਈਚਾਰਾ ਕਿਵੇਂ ਦਾ ਹੈ? ਸਾਰੇ ਮਜ਼ਬਾਨ ਨਾਲ, ਸਾਈ ਵੀ ਹੋਣਗੇ, ਮੁਸਲਮਾਨ ਵੀ, ਬਹੁਤ ਬਹੁਤ ਸ਼ਾਇਦ ਖੱਤਰੀਆਂ ਦੇ ਘਰ ਵੀ ਹੋਣਗੇ? ਖੱਤਰੀ ਬਹੁਤ ਜ਼ਿਆਦਾ ਹਨ, ਖੱਤਰੀ ਵੀ ਮੋਟੇ ਮਾਲਕ ਸਨ, ਖੱਤਰੀ ਜਿਹੜੇ ਸਨ ਬਹੁਤ ਜ਼ਿਆਦਾ ਮੋਟੇ ਮਾਲਕ, ਅਮੀਰ ਤਬਕਾ ਖੱਤਰੀਆਂ ਦਾ ਸਾਡੇ ਦਾ, ਤੇ ਜੱਟ ਤਬਕਾ ਬੜਾ ਅਮੀਰ ਸੀ, ਖੱਤਰੀ ਜੱਟਾਂ ਦੀ, ਜੱਟ ਜੱਟਾਂ ਜਾਤ ਵਾਲੇ, ਜਿੰਨੇ ਵੀ ਮੁਸਲਮਾਨ ਵਾਲੇ ਆਏ ਨੇ, ਮੈਂ ਅਮੀਰ ਕੋ ਆਏ ਨੇ ਮਿਲ ਕੇ ਗਏ ਨੇ, ਨਨਕਾਣਾ ਸਾਹਿਬ ਮੇਰੀ ਬਰਾਦਰੀ ਚੋਂ 12-13 ਜੀ ਆਏ ਨੇ, ਉਹ ਮਿਲ ਕੇ ਗਏ ਨੇ, ਮੇਰੀਆਂ ਨੂੰਹਾਂ ਹਨ, ਪੋਤਰੇ ਨੂੰਹਾਂ ਸਨ, ਪੋਤਰੇ ਸਨ, ਇਹ ਪਿਛੋਕੜ ਪਿੰਡ ਵਾਲੇ ਮਿਲਣ ਆਏ, ਮਿਲ ਕੇ ਸਪੈਸ਼ਲ ਆਏ ਨੇ, ਮਿਲਣ ਫੁੱਲ ਪਿਆਰ ਨਾਲ ਮਿਲੇ ਬਹੁਤ ਜ਼ਿਆਦਾ। ਅੱਛਾ, ਤੇ ਕਿਵੇਂ ਭਲਾ ਮਾਈਗ੍ਰੇਟ ਹੋਈ ਕੋ ਆਪਣੇ ਵਟ ਪੁੱਕ ਤੇ ਨਹੀਂ ਸਹੀ? ਬਹੁਤ ਜ਼ਿਆਦਾ, ਸਾਰੇ ਜ਼ਿਲ੍ਹਾ ਵਾਲਾ ਕੁਜਰਾ ਵਾਲੇ ਜੋ ਸਭ ਤੋਂ ਜਿਹੜੀ ਮਾਰਕਟ ਮੇਰੇ ਪਿੰਡ 'ਚ ਹੋਈ ਹੈ, ਮਰਾਲੀ ਵਾਲੇ ਸਭ ਤੋਂ ਜ਼ਿਆਦਾ ਜਿਉਂਦੇ ਲੋਕਾਂ ਨੂੰ ਸਾੜ ਦਿੱਤਾ ਗਿਆ। ਮੇਰੇ ਪਰਿਵਾਰ ਤੇ ਗੋਲੀ ਬੜੀ ਚੱਲੀ, ਮੇਰਾ ਇੱਕ ਤਾਇਆ ਉੱਥੇ ਸ਼ਹੀਦ ਹੋ ਗਿਆ, ਦੋ ਮੇਰੇ ਤਾਏ ਦੇ ਪੁੱਤਰ ਫੱਟੜ ਹੋ ਗਏ, ਇੱਕ ਦੀ ਅੱਖ 'ਚ ਗੋਲੀ ਲੱਗੀ, ਉਹਦੇ ਵੱਡੇ ਸਾਲ ਇੱਥੇ ਜਿਉਂਦੇ ਰਹੇ ਨੇ, ਇੱਕ ਦੀ ਚਿੱਤ ਗੋਲੀ ਪਿੱਛੇ ਲੱਗੀ, ਉਹਨਾਂ ਦੇ ਵਿੱਚ ਮੇਰਾ ਅੱਬਾ ਵੀ ਸੀ, ਇਹਨੂੰ ਕੁਛ ਨਹੀਂ ਲੱਗਿਆ, ਮੇਰਾ ਦਾਦਾ ਸੀ ਉਹਨੂੰ ਕੁਛ ਨਹੀਂ ਲੱਗਿਆ, ਇਹ ਸਾਡਾ ਇੱਕ ਸ਼ਹੀਦ ਹੋਇਆ, ਇਹ ਦੋ ਫੱਟੜ ਹੋਏ ਹਨ, ਬਾਕੀ ਸਭ। ਅੱਛਾ, ਇਹ ਉਹਨਾਂ ਦੱਸਿਆ ਹੋਣਾ ਕੋ ਹਮਲੇ ਪਿੰਡ ਵਾਲੇ ਲਾਮ ਦੇ ਹਾਂ, ਜਿਵੇਂ ਦੱਸਿਆ ਜਾਂ ਇੱਕ ਦੋ ਇੰਟਰਵਿਊ ਹੋਏ ਨੇ, ਸਾਰੇ ਲੋਕੀ ਹੁੰਦੇ ਇਹਨਾਂ ਵਿੱਚ, ਜੇ ਅਮਰਾਣਾ ਨੇ ਇੰਟਰਵਿਊ ਕੀਤਾ ਮੇਰੇ ਪਿੰਡ 'ਚ ਜਾਂ ਦੇਵ, ਹਾਂਜੀ, ਤੇ ਉਹਨਾਂ ਦੇ ਵਿੱਚ ਉਹਨਾਂ ਲੋਕਾਂ ਮੰਨਿਆ ਵੀ ਅਸੀਂ ਬੰਦੇ ਬਾਹਰੋਂ ਕੁਜਰਾਂ ਵਿੱਚ ਛੁਰਾ ਮਾਰ ਲਿਆਂਦੇ ਗਏ ਹਾਂ,
ਉਹਨਾਂ ਨੂੰ ਛੁਰੇਬਾਜ ਕਹਿੰਦੇ, ਲਾਲਚ ਆ ਗਏ, ਲਾਲਚ ਕੋਈ 100 ਕੁ ਬੰਦਾ ਉੱਥੋਂ ਬਾਹਰੋਂ ਲਿਆਂਦਾ ਗਿਆ, ਕੁਛ ਪਿੰਡ ਦੇ ਜਿਹੜੇ ਮਾੜੇ ਲੋਕ ਸਨ ਉਹ ਇਕੱਠੇ ਹੋਏ, ਪਹਿਲਾਂ ਇਹਨਾਂ ਕੋਰੋਟਾਂ ਨਾਲ ਮਾਰਿਆ ਰਾਤ ਨੂੰ 12 ਵਜੇ ਨਾਲ, 3 ਵਜੇ ਫਿਰ ਸਾਡੇ ਪਿੰਡ 'ਤੇ ਹਮਲਾ ਹੋਇਆ, ਫਿਰ ਇਹ ਜਿਹੜੇ ਅਸਲੇ ਲੋਕ ਸਨ ਨਾ ਉਹ ਸਾਡੀ ਬਾਗ 'ਤੇ ਆ ਕੇ ਹਮਲਾ ਕੀਤਾ ਉਹਨਾਂ ਨੇ, ਕਿਉਂ ਸਾਡੇ ਪਰਿਵਾਰ ਦਾ ਜਿਵੇਂ ਦੱਸਿਆ ਗਿਆ ਨਾ ਖਤਰਾ ਸੀ ਕਿ ਇਹਨਾਂ ਕੋਲ ਅਸਲਾ ਹੈ, ਬਾਕੀ ਸਾਡੇ ਕੋਲ ਕੁਛ ਨਹੀਂ ਸੀ ਉਸ ਟਾਈਮ। ਜਿਹੜੀ ਫਾਇਰਿੰਗ ਹੋਈ ਹੈ ਉਹ ਮੇਰੇ ਪਰਿਵਾਰ 'ਤੇ ਹੋਈ ਹੈ, ਜਿਹੜੇ ਪਿੰਡ 'ਚ ਲੁਟੇਰੇ ਵੜੇ ਨੇ ਉਹਨਾਂ ਫਿਰ ਇੱਕ ਪਾਸਿਓਂ ਹਿੰਦੂਆਂ ਨੂੰ ਜਿਉਂਦਿਆਂ ਨੇ ਘਰਾਂ ਨੂੰ ਅੱਗ ਲਾ ਦਿੱਤੀ, ਘੇਰ ਘੇਰ ਕੇ ਜਿਉਂਦੇ ਸਾੜ ਦਿੱਤੇ ਗਏ ਨੇ, ਬੜੀ ਮਾਰਕਾਟ ਹੋਈ ਬਹੁਤ ਜ਼ਿਆਦਾ, ਮੇਰਾ ਖਿਆਲ 1000 ਆਦਮੀ ਮਰਿਆ ਜ਼ਿਲ੍ਹੇ ਗੁਜਰਾਤ ਤੋਂ, ਸਭ ਤੋਂ ਜਿਹੜੀ ਮਾਰਕਾਟ ਕੋਰੋਟਾਲਾ ਤੇ ਮਰਾਲੀ ਵਾਲਾ। ਅੱਛਾ ਬਜ਼ੁਰਗ ਉਦੋਂ ਨਾ ਕੋਈ ਸਮਾਂ ਹੀ ਐਵੇਂ ਦਾ ਮਾੜਾ ਜਿਹਾ ਬਣ ਗਿਆ, ਕੀ ਬਣਿਆ ਮੈਨੂੰ ਇੰਨਾ ਪਿਆਰ ਸੀ, ਅਸੀਂ ਇੱਧਰ ਵਾਲੇ ਜਿਹੜੇ ਉੱਧਰੋਂ ਮਾਈਗ੍ਰੇਟ ਹੋ ਗਿਆ ਉਹਨਾਂ ਦਾ ਕਰੀਦਾ ਉਹ ਵੀ ਇੰਜਰ ਹੁੰਦੇ ਨੇ ਕਿ ਸਾਡੇ ਸਾਰੇ ਮਾਰ ਦਿੱਤੇ, ਘਰਾਂ ਘਰ ਜਾੜ ਦਿੱਤੇ, ਬੀਬੀਆਂ ਨੂੰ ਬੱਚਿਆਂ ਨੂੰ ਖੂਹਾਂ ਵਿੱਚ ਛਾਲਾਂ ਮਾਰ ਗਏ, ਮਰ ਗਿਆ, ਇੰਨਾ ਪਿਆਰ ਪਤਾ ਨਹੀਂ ਕਿਵੇਂ ਨਫ਼ਰਤ 'ਚ ਬਦਲ ਗਿਆ। ਮੈਂ ਕਿਹਾ ਸਾਡੇ ਪਰਿਵਾਰ 'ਚ ਪਹਿਲਾਂ ਵੱਲ ਬੋਧੇ ਪਹਿਲਾਂ ਮੁਸਲਮਾਨ ਹੋ ਚੁੱਕਿਆ ਪਹਿਲਾਂ, ਅੱਛਾ ਅੱਛਾ, ਉਹ ਅੱਜ ਵੀ ਉੱਥੇ ਹੀ ਨੇ, ਅੱਛਾ ਅੱਛਾ ਅੱਛਾ, ਉਹੀ ਮਿਲਣ ਆਏ ਨੇ ਮੁਸਲਮਾਨ ਹੋ ਗਏ, ਮੁਸਲਮਾਨ ਹੋ ਗਏ, ਪਰ ਸਾਡਾ ਖਾਣ ਪਾਣ ਵਿਆਹਾਂ ਢੰਗਾਂ ਤੇ ਆਉਣ ਜਾਣ ਪੂਰਾ ਸੀ, ਦੂਜੇ ਮੁਸਲਮਾਨ ਬਰਾਦਰੀ ਨਾਲ ਪਿਆਰ ਬੜਾ ਸੀ, ਸਾਡੇ ਕੋਲੋਂ ਵਾਲੇ ਨੌਕਰ ਜਿਹੜੇ ਹਨ 2 ਨੌਕਰ ਹੋਇਆ ਕਰਦੇ ਹਨ ਉਹ ਵੀ ਮੁਸਲਮਾਨ ਬਰਾਦਰੀ ਪਿਆਰ ਕਰਦੇ ਸੀ। ਸਭ ਤੋਂ ਵੱਡੀ ਖਾਸੀਅਤ ਇੱਕ ਮੈਂ ਤੁਹਾਨੂੰ ਪੜ੍ਹਦੇ ਅੱਜ ਦੀ ਗੱਲ ਦੱਸ ਰਿਹਾ, ਦੱਸੋ ਕਿਉਂ ਅੱਜ ਮੈਂ ਦੱਸ ਰਿਹਾ, ਮੇਰੇ ਡੈਡੀ ਦਾ ਜਦੋਂ ਜਨਮ ਹੋਇਆ ਨਾ ਮੇਰੀ ਦਾਦੀ 1.5 ਮਹੀਨੇ ਬਾਅਦ ਫੌਤ ਹੋ ਗਈ, ਮੇਰਾ ਡੈਡੀ 1.5 ਮਹੀਨੇ ਦਾ ਸੀ ਜਦੋਂ ਮਾਂ ਫੌਤ ਹੋ ਗਈ, ਮੇਰਾ ਦਾਦਾ ਇੱਕ ਮਰਾਸਨ ਮੁਸਲਮਾਨ ਦੇ ਦੁੱਧ ਤੇ ਪਲਿਆ, ਵੇਖੋ ਰਿਸ਼ਤਾ ਸਾਡਾ, ਮੇਰੇ ਬਾਪ ਨੂੰ ਪਾਲਣ ਵਾਲੀ ਮੁਸਲਮਾਨ ਮਰਾਸਨ ਹੈ, ਇਹੀ ਕਾਰਨ ਪਿਆਰ ਬੜਾ ਸੀ, ਉਹਨੇ ਇੱਕ ਬੱਚਾ ਉਹਦਾ ਜਨਮਿਆ ਉਦੋਂ ਹੀ, 2 ਬੱਚੇ ਇਕੱਠੇ ਪਾਲੇ ਉਹਨੇ 6 ਮਹੀਨੇ ਤੱਕ, ਫਿਰ ਉਹਨੂੰ ਅਸਾਂ 2 ਮੱਝਾਂ ਦਿੱਤੀਆਂ, ਤੂੰ ਆਪਣਾ ਪਰਿਵਾਰ ਤੂੰ ਵੀ ਪਾਲ, ਕਿਉਂ ਸਾਡੇ ਕੋਲ ਅੱਲਾ ਦੀ ਖੈਰ ਸੀ ਬੜੀ ਜ਼ਿਆਦਾ, ਤੇ ਇਸ ਤੋਂ ਉੱਤੇ ਹੋਰ ਕੀ ਜਿਹੜਾ ਅਸੀਂ ਇੱਕ ਜਿਹੜਾ ਸਾਡੇ ਖੂਨ ਦੇ ਵਿੱਚ ਇੱਕ ਮੁਸਲਮਾਨ ਮਾਂ ਦਾ ਦੁੱਧ ਵੀ ਹੈ, ਇਹਦੇ ਉੱਤੇ ਪਿਆਰ ਕੀ ਹੋ ਸਕਦਾ, ਮੁਸਲਮਾਨ ਮਾਂ ਵੀ ਉਹ ਜਿਹਨੂੰ ਲੋਕ ਥੋੜਾ ਨੀਵਾਂ ਪੰਥ ਮੰਨਦੇ ਨੇ, ਪਰ ਸਾਡੇ ਚ ਉਹਦਾ ਦੁੱਧ ਹੈ, ਜੇ ਮੇਰੇ ਬਾਪ ਪਰ ਉਹਦਾ ਦੁੱਧ ਸਾਡੇ ਖੂਨ ਚ ਹੈ ਨਾ, ਅਸੀਂ ਕਿਵੇਂ ਮਾੜਾ ਕਹਿ ਸਕਦੇ, ਜਿਹੜੇ ਬਾਪੂ ਨੇ ਦੁੱਧ ਪੀਤਾ ਸੀ ਉਹ ਕਿੱਦਾਂ ਉਸ ਜਿਲ੍ਹੇ ਤੋਂ ਗਿਆ, ਜ਼ਮੀਨ ਵਾਹ ਨੂੰ ਫ੍ਰੀ ਦਿੱਤੀ ਹੋਈ ਸੀ, 2-3 ਕਿੱਲੇ ਜ਼ਮੀਨ ਦਿੱਤੀ ਸੀ, ਵਾਈ ਉਹ ਕਾਈ ਲੋਕ ਵੀ ਖਾਂਦੇ ਪੈਣ, ਖਾਓ ਤੁਸੀਂ, ਤੇ ਜਦੋਂ ਚਲੇ ਗਏ ਤੁਹਾਡੇ ਅੱਬੇ ਫਿਰ ਵਾਪਸ ਆਏ ਕਿ ਕਦੀ ਅੱਬਾ ਮੇਰਾ ਇੱਥੇ ਨਨਕਾਣਾ ਸਾਹਿਬ ਆਇਆ, ਪਿੰਡ ਨਹੀਂ ਜਾ ਸਕਦਾ, ਪਿੰਡ ਨਹੀਂ ਜਾ ਸਕਦਾ, ਤੁਸੀਂ ਕਿਉਂ ਲਾਇਆ ਚੱਕਰ ਹੋਏ ਤੁਸੀਂ, ਨਹੀਂ ਮੈਂ ਨਹੀਂ ਲਾਇਆ, ਮੈਂ ਪਹਿਲੀ ਵਾਰੀ ਆਇਆ, ਦਿਲ ਨਹੀਂ ਕਰਦਾ ਅੱਬੇ ਦਾ ਪਿੰਡ ਬਹੁਤ ਜ਼ਿਆਦਾ ਕਰਦਾ, ਕਿਉਂ ਨਹੀਂ ਲਵਾਉਂਦੇ ਫਿਰ ਵੀਰਾ, ਮੈਂ ਵੀ ਮੇਰੇ ਅੱਬੇ ਮੈਨੂੰ ਖੁਦ ਕਿਹਾ ਸੀ ਵੀ ਤੂੰ ਟਰਾਈ ਮਾਰ ਕੇ ਪਿੰਡ ਜਾਣਾ ਹੈ, ਪਰ ਮੇਰਾ 2 ਵਾਰ ਵੀਜ਼ਾ ਨਹੀਂ ਮਿਲਿਆ, ਮੈਨੂੰ ਕੈਂਸਲ ਹੋ ਗਿਆ, ਮੈਨੂੰ ਹੁਣ 3 ਵਾਰ ਵੀਜ਼ਾ ਮਿਲਿਆ, ਮੈਂ ਅੱਜ ਵੀ ਪਿੰਡ ਵਾਲਿਆਂ ਨਾਲ ਵਾਅਦਾ ਕੀਤਾ ਮੈਨੂੰ ਵੀਜ਼ਾ ਮਿਲਿਆ ਮੈਂ ਪਿੰਡ ਆਵਾਂਗਾ, ਕਰ ਕੇ ਚੱਲਿਆ ਮੈਂ ਟਰਾਈ ਵੀਜ਼ਾ ਓਪਨ ਲੈਣ ਦੀ ਕੋਸ਼ਿਸ਼ ਕਰਨੀ, ਲੈ ਕੇ ਵੀ ਛੱਡਣਾ ਜ਼ਿੰਦਗੀ ਦੇ ਕੇ 2-4 ਪੂਰਾ ਮਨ ਮੇਰਾ ਉੱਥੇ ਆਉਣ ਦਾ, ਤਾਂ ਕਿ ਮੈਂ ਆਪਣਾ ਪਿਛੋਕੜ ਵੇਖ ਸਕਾਂ। ਅੱਛਾ ਮੈਂ ਹੁਣ ਥੋੜਾ ਕੁਝ ਦੱਸੋ ਕਿ ਤੁਸੀਂ ਇੱਥੇ ਆਏ, ਹਾਂਜੀ ਸਾਖੀ ਤੇ ਆਏ ਹੋ, ਹਾਂਜੀ ਕਿਵੇਂ ਦੀ ਸਾਡੀ ਜਿਹੜੀ ਆਵਾਮ ਤੁਹਾਡਾ ਪਿਆਰ ਮੁਹੱਬਤ ਕਿਵੇਂ ਦਾ ਮਿਲ ਰਿਹਾ, ਮੈਂ ਕਿਹਾ ਮੈਨੂੰ ਪਰਿਵਾਰ ਨੂੰ ਜ਼ਿਆਦਾ ਪਿਆਰ ਮਿਲ ਰਿਹਾ,
ਅੱਛਾ ਜੀ, ਆਪਣੇ ਉਧਰਲੇ ਪਿਆਰ ਆਪਣੇ ਪਰਿਵਾਰ ਨੂੰ ਇੱਧਰ ਪਿਆਰ ਜ਼ਿਆਦਾ ਮਿਲਿਆ, ਮੇਰੇ ਮਿਲਣ ਵਾਲੇ ਆਏ ਨੇ ਉਹ ਗੱਲ ਅਲੱਗ ਰੋਏ, ਬੀਪੀ ਦਾ ਮਸਲਾ ਸੀ, ਬੜਾ ਪਿਆਰ ਦਿੱਤਾ। ਅੱਛਾ, 10 ਦਿਨ ਹੋ ਗਏ ਨੇ ਇਹ ਮੁਸਲਮਾਨ ਤੁਹਾਨੂੰ ਮਿਲਣ ਦੇ ਨੇ, ਠੀਕ ਹੈ, ਇੱਧਰ ਵਾਲੇ ਵੀ ਤੁਸੀਂ ਵੀ ਮਿਲਦੇ ਪਏ, ਕੋਈ ਮੁਹੱਬਤ ਕਮੀ ਆਈ ਹੈ ਵੱਧਦੀ ਪਈ? ਮੈਨੂੰ ਤਾਂ ਮੁਸਲਮਾਨ ਲੱਗਦੀ ਨਹੀਂ, ਮੈਂ ਨਹੀਂ ਮੰਨਦਾ ਮੁਸਲਮਾਨ, ਮੈਂ ਤਾਂ ਮੰਨਦਾ ਮੇਰਾ ਅੰਗ ਨੇ ਮੇਰੇ ਆਪਣੇ ਨੇ, ਯਾਨੀ ਦਸਾਂ ਦਿਨਾਂ ਕੋਈ ਕਮੀ ਨਹੀਂ ਆਈ, ਕੋਈ ਕਮੀ ਨਹੀਂ, ਮੈਂ ਤੇ ਆਪਣਾ ਪਰਿਵਾਰ ਸਮਝਣਾ, ਮੈਂ ਮੁਸਲਮਾਨ ਹਿੰਦੂ ਨਹੀਂ ਸਮਝਦਾ ਜਾਂ ਸਿੱਖ ਮੁਸਲਮਾਨ ਨਹੀਂ ਮੰਨਦਾ, ਮੈਂ ਮੇਰੀ ਇੱਕ ਹੋਰ ਆਪਣੀ ਸੋਚ ਹੈ, ਸਾਡੇ ਇੱਕ ਬੜਾ ਵੱਡਾ ਮਜ਼ਹਬ ਹਿੰਦੂ ਹਿੰਦੂ ਹਾਂ, ਪਰ ਮੈਂ ਜਦੋਂ ਪਿਛੋਕੜ ਨੂੰ ਮੈਂ ਥੋੜ੍ਹਾ ਜਿਹਾ ਪੜ੍ਹਿਆ ਵੀ ਹੈਗਾ, ਮੈਂ ਥੋੜ੍ਹਾ ਇਤਿਹਾਸ ਦੀ ਜਾਣਕਾਰੀ ਰੱਖਣਾ, ਮੇਰਾ ਪਿਛੋਕੜ ਮੁਸਲਮਾਨ ਨਾਲ ਰਲਦਾ, ਮੇਰਾ ਧਰਮ ਮੁਸਲਮਾਨ ਨਾਲ ਰਲਦਾ, ਮੈਂ ਜਦੋਂ ਆਪਣਾ ਗੁਰੂ ਗ੍ਰੰਥ ਸਾਹਿਬ ਬਾਰੇ ਮੈਂ ਜਾਣਕਾਰੀ ਰੱਖਣਾ ਬਹੁਤ ਪੜ੍ਹਨਾ, ਚਲੋ ਮੈਂ ਕੁਰਾਨ ਤਾਂ ਨਹੀਂ ਪੜ੍ਹ ਸਕਿਆ ਕਿ ਮੈਨੂੰ ਉਰਦੂ ਦਾ, ਮੇਰਾ ਫਾਦਰ ਬਹੁਤ ਮਾਹਿਰ ਸੀ ਕੁਰਾਨ ਦਾ, ਅੱਛਾ ਜੀ, ਹੀਰ ਬੜੀ ਪੜ੍ਹਦਾ ਸੀ, ਉਰਦੂ ਲਿਖਣ ਚ ਉਹ ਪੰਜਾਬੀ ਨਹੀਂ ਲਿਖ ਸਕਦਾ, ਪੜ੍ਹ ਲੈਂਦਾ ਸੀ, ਉਰਦੂ ਲਿਖਦਾ ਹਰ ਜਗ੍ਹਾ, ਤੇ ਮੈਂ ਜਦੋਂ ਸੋਚਣਾ ਨਾ, ਮੈਂ ਹਿੰਦੂ ਧਰਮ ਦੀ ਗੱਲ ਕਰਦਾ, ਮੈਨੂੰ ਕੋਈ ਡਰ ਨਹੀਂ ਇਸ ਗੱਲ ਦਾ, ਮੈਂ ਪਰਵਾਹ ਨਹੀਂ ਕਰਦਾ, ਇਹਨਾਂ ਦਾ 3200 ਦੇਵੀ ਦੇਵਤਾ ਹੈ, ਸਾਡਾ ਸਿੱਖ ਤੇ ਮੁਸਲਮਾਨ ਦਾ ਇੱਕ ਅਕੀਦਾ, ਇੱਕ ਤੇ ਵਿਸ਼ਵਾਸ ਹੈ, ਮੁਸਲਮਾਨ ਅੱਲਾ ਕਰਕੇ ਪੁਕਾਰਦਾ, ਅਸੀਂ ਵਾਹਿਗੁਰੂ ਕਰਕੇ ਪੁਕਾਰਦੇ ਹਾਂ, ਅੱਲਾਹੂ ਵਾਹਿਗੁਰੂ, ਅੱਲਾਹੂ ਵਾਹਿਗੁਰੂ, ਅੱਲਾਹੂ ਵਾਹਿਗੁਰੂ, ਤਾਰ ਇੱਕ ਹੈ, ਬੋਲ ਇੱਕ ਹੈ, ਰੂਹਾਨੀਅਤ ਇੱਕ ਹੈ, ਜਿਹਨੂੰ ਮੰਨਣੇ ਉਹ ਇੱਕ ਹੈ, ਅੱਲਾਹ ਦੋ ਨਹੀਂ ਹੋ ਸਕਦੇ, ਅੱਲਾਹ ਇੱਕ ਵਾਹਦ ਵਾਹਦ ਅੱਲਾ ਸ਼ਰੀਕ, ਅੱਲਾਹ ਦੋ ਨਹੀਂ ਹੋ ਸਕਦੇ, ਇਹ ਨਹੀਂ ਕਿਸੇ ਦਾ ਅੱਲਾ ਵੱਡਾ ਹੋ ਗਿਆ ਕਿਸੇ ਦਾ ਛੋਟਾ ਹੋ ਗਿਆ, ਵਾਹਿਗੁਰੂ ਦੋ ਨੇ, ਅੱਲਾ ਦਾ ਆਕਾਰ ਨਹੀਂ ਹੈ, ਵਾਹਿਗੁਰੂ ਦਾ ਆਕਾਰ ਨਹੀਂ ਹੈ, ਜੇ ਇਹਨਾਂ ਦਾ ਆਕਾਰ ਹੁੰਦਾ ਤੈਨੂੰ ਫੜ ਲੈਣੇ ਕਿਸੇ ਨਾ ਕਿਸੇ, ਇਹ ਨਿਰਾਕਾਰ ਨੇ, ਇਹਨਾਂ ਦਾ ਸਰੂਪ ਨਹੀਂ ਹੈ, ਇਸ ਕਰਕੇ ਮੈਂ ਅੱਲਾ ਨੂੰ ਆਪਣਾ ਹੀ ਮੰਨਦਾ ਹਾਂ, ਮੈਂ ਵਾਹਿਗੁਰੂ ਨੂੰ ਅੱਲਾ ਮੰਨਣਾ, ਅੱਲਾ ਨੂੰ ਵੀ ਵਾਹਿਗੁਰੂ, ਮੇਰੀ ਆਪਣੀ ਸੋਚ, ਮੈਨੂੰ ਫਰਕ ਨਹੀਂ ਪੈਂਦਾ। ਸਰਦਾਰ ਜੀ, ਸਾਡੇ ਜਿਹੜੇ ਬੱਚੇ ਦੇ ਨੌਜਵਾਨ ਨਸਲ ਸਾਡੇ ਤਰ੍ਹਾਂ ਜਿਹੜੇ ਤੁਹਾਡੇ ਬੱਚੇ ਨੂੰ ਉਧਰ ਵਾਲੇ, ਹਾਂਜੀ, ਉਹਨਾਂ ਦੇ ਅਕਸਰ ਜਿਹਨਾਂ ਵਿੱਚ ਭਰਿਆ ਹੋਇਆ ਕਿ ਜਾਵਾਂਗੇ ਪਤਾ ਕੀ ਬਣ ਜਾਣਾ, ਇੱਕ ਖੌਫ ਜਿਹਾ ਨਾ ਮੀਡੀਆ ਸਾਡੇ ਨਾਲ, ਇਹ ਸਾਡਾ ਭਰਿਆ ਉਹਨਾਂ ਦਿਲ ਵਿੱਚ, ਵੇਖੋ ਤੁਹਾਡਾ ਪਤਾ ਇੰਜ ਹੋ ਜਾਣਾ ਕੀ ਹੋ ਜਾਣਾ, ਸਾਡਾ ਮੀਡੀਆ ਨਾ ਬਹੁਤ ਗਲਤ ਪ੍ਰੋਪਗੈਂਡਾ ਚੱਲ ਰਿਹਾ, ਬਹੁਤ ਜ਼ਿਆਦਾ, ਤੁਸੀਂ ਕੀ ਆਪਣੀ ਆਵਾਮ ਕਹਿਣਾ ਚਾਹੋਗੇ, ਦੱਸੋ, ਮੈਂ ਤੇ ਇਹਨਾਂ ਕੋ ਵੀ ਆਪ ਜੋ ਜੋ ਪ੍ਰਚਾਰ ਹੋ ਰਿਹਾ ਗਲਤ ਹੋ ਰਿਹਾ, ਸਾਡੇ ਮਨਾਂ 'ਚ ਫਰਕ ਨਹੀਂ, ਸਰਕਾਰਾਂ 'ਚ ਫਰਕ ਹੈ, ਇਹ ਜਿੰਨੀ ਲਕੀਰ ਸਰਕਾਰ ਨੇ ਮਾਰੀ ਹੋਈ, ਮਨ ਦੇ ਵਿੱਚ ਕੋਈ ਲਕੀਰ ਨਹੀਂ, ਨਾ ਕਿਸੇ ਮੁਸਲਮਾਨ ਦੇ ਅੰਦਰ, ਨਾ ਸਿੱਖ, ਆਵਾਮ ਮਿਲਣਾ ਚਾਹੁੰਦੀ ਹੈ, ਆਵਾਮ ਮਿਲਣਾ ਚਾਹੁੰਦੀ, ਆਵਾਮ ਦੇ ਸੋਚਦੀ ਵੀ ਅਸੀਂ ਫਿਰ ਇੱਕੋ ਜੀ ਹੈ, ਅਤੇ ਮੇਰੇ ਬਜ਼ੁਰਗ ਦੇ ਇਹੀ ਸੋਚਦੇ ਹਨ ਸਾਡੇ ਲਈ ਕੀ ਸਿਆਪਾ ਖੜਾ ਕਰਕੇ ਨੇ, ਉਹ ਤੇ ਲੋਚਦੇ ਰਹਿਣ ਵੀ ਕਦੋਂ ਅਸੀਂ ਵਤਨ ਵਾਪਸ ਜਾਈਏ, ਆਪਣੇ ਜੰਮਣ ਭਾਈ ਜੰਮਣ ਭਾਈ ਜਾਈਏ, ਇਹਦਾ ਜੀ ਇੱਕ ਇਹ ਵੀ ਬੜਾ ਜਿਹੜਾ ਫਲਾਇਆ ਹੋਇਆ ਪ੍ਰੋਪੋਗੰਡਾ ਜਿਹਾ, ਕਿ ਜਿਹੜਾ ਜੀ ਜਿਹਦਾ ਵੀਜ਼ਾ ਪਾਕਿਸਤਾਨ ਦਾ ਲੱਗ ਜਾਂਦਾ ਉਹਦਾ ਦੁਬਾਰਾ ਜੀ ਹੋਰ ਕਿਸੇ ਕੰਟਰੀ ਲੱਗਦਾ, ਇਹ ਸਾਡੇ 'ਚ ਬੜਾ ਤਗੜਾ ਪ੍ਰਚਾਰ ਚੱਲਦਾ, ਇਹ ਕਰਦਾ ਕੌਣ ਫਲਾਉਂਦਾ ਐਵੇਂ ਦੀ ਪ੍ਰੋਪੋਗੰਡਾ, ਮੈਂ ਜਿੱਥੋਂ ਇਹ ਜਿਹੜਾ ਮੀਡੀਆ ਕੀ ਜਿਹੜਾ ਇਹ ਮੀਡੀਆ ਹੀ ਗਲਤ ਪ੍ਰਚਾਰ ਦਿੰਦਾ, ਵੀ ਇਹ ਜਿਹੜੇ ਪਿਛਾ ਰਹਿਣਾ ਇਹ ਇੱਕ ਦੂਜੇ ਨੂੰ ਮਿਲ ਹੀ ਨਾ ਸਕਦਾ, ਇਹ ਮੀਡੀਆ ਦਾ ਹੀ ਪ੍ਰੋਪੋਗੰਡਾ, ਹੋ ਸਕਦਾ ਸਰਕਾਰ ਦਾ ਹੱਥ ਹੋਵੇ ਵਿੱਚ, ਕਹਿ ਨਹੀਂ ਸਕਦਾ, ਬਾਕੀ ਬਿਲਕੁਲ ਗਲਤ ਹੈ, ਨਹੀਂ
ਤੁਸੀਂ ਆਏ ਕਿੰਨੀ ਦਫਾ ਆ ਚੁੱਕੇ ਇੱਕ ਦੋ ਦਫਾ ਆਪਣੇ ਇੱਥੇ ਤੇ ਤੁਹਾਡੇ ਬਜ਼ੁਰਗ ਜਿਹੜੇ ਵੱਡੇ ਉਹਨਾਂ ਤੁਸੀਂ ਸੁਣਦੇ ਹੋ ਜਿਹੜਾ ਇੱਥੇ ਲੱਗਦਾ ਕਿ ਉਹਨਾਂ ਦਾ ਲੱਗਦਾ ਜਾਂ ਬਾਹਰ ਦਾ ਵੀਜ਼ਾ ਜਾਂ ਨਹੀਂ ਮੇਰੇ ਹਿਸਾਬ 'ਚ ਕੋਈ ਰੁਕਾਵਟ ਨਹੀਂ ਕੀ ਲੱਗਦਾ ਕਿ ਨਹੀਂ ਪਾਕਿਸਤਾਨੀ ਬਾਹਰ ਨਹੀਂ ਜਾ ਰਹੇ ਬਾਹਰੋਂ ਪਾਕਿਸਤਾਨੀ ਆ ਨਹੀਂ ਇੱਥੇ ਨਹੀਂ ਆ ਰਹੇ ਉਹਨਾਂ ਨੂੰ ਰੁਕਾਵਟ ਨਹੀਂ ਮੇਰੇ ਲਈ ਕਿਉਂ ਦੋ ਹੋ ਗਿਆ ਇਹ ਬਿਲਕੁਲ ਮਿੱਥਿਆ ਪ੍ਰਚਾਰ ਗਲਤ ਪ੍ਰਚਾਰ ਹੈ ਐਸਾ ਕੁਛ ਵੀ ਨਹੀਂ ਹੈ ਇਹ ਜੋ ਕੁਛ ਹੈ ਝੂਠ ਹੈ ਵੀਜ਼ਾ ਜਿਸ ਕੰਟਰੀ ਨੇ ਦੇਣਾ ਉਹਨੇ ਆਪਣੇ ਲੈਵਲ ਦਾ ਦੇਣਾ ਦੂਜੀ ਸਟੇਟ ਦਾ ਉਹਦਾ ਮਤਲਬ ਕੋਈ ਨਹੀਂ ਚਾਹੇ ਪਾਕਿਸਤਾਨ ਜਾਂ ਇੰਡੀਆ ਵੀਜ਼ਾ ਦੇਣ ਵਾਲੀ ਕੰਟਰੀ ਦੀ ਆਪਣੀ ਸੋਚ ਮੈਂ ਕਿਹਨੂੰ ਵੀਜ਼ਾ ਦੇਣਾ ਕਿਹਨੂੰ ਨਹੀਂ ਦੇਣਾ ਦੇਸ਼ ਦਾ ਕੋਈ ਮਤਲਬ ਨਹੀਂ ਉਹਦਾ ਹੋਰ ਇੱਥੇ ਤੁਸੀਂ ਰਹੇ ਕੋਈ ਆਪਣੇ ਸਾਡੇ ਪਾਕਿਸਤਾਨ ਕੋਈ ਚੀਜ਼ ਖਰੀਦੀ ਵੀ ਕੋਈ ਨਾ ਕੁਛ ਪਸੰਦ ਆਈ ਕੋਈ ਜੁੱਤੀ ਕੋਈ ਕੱਪੜਾ ਕੋਈ ਵੇਖੋ ਮਾਰਕੀਟ ਗਏ ਮੈਂ ਨਹੀਂ ਗਿਆ ਮੈਂ ਕੱਲ੍ਹ ਦਾ ਕੋਈ ਤਬੀਅਤ ਡਾਊਨ ਸੀ ਮੇਰੀ ਅੱਛਾ ਅੱਛਾ ਬਾਕੀ ਮੈਨੂੰ ਉਹ ਮੇਰੇ ਆਏ ਬਜ਼ੁਰਗ ਉਹੀ ਦੇ ਗਏ ਨੇ ਕੋਈ ਕੱਪੜੇ ਮੇਰੇ ਹੱਥ ਦੇ ਗਏ ਨੇ ਮੈਂ ਫੋਲਿਆ ਕੁਛ ਨਹੀਂ ਉਹ ਧੱਕੇ ਨਾਲ ਦੇ ਗਏ ਨੇ ਅੱਛਾ ਕੁਛ ਐਵੇਂ ਚੀਜ਼ਾਂ ਤੁਹਾਨੂੰ ਪਸੰਦ ਆਇਆ ਪਾਕਿਸਤਾਨ ਕੋਈ ਕੋਈ ਚੀਜ਼ ਦੀ ਹੋਵੇ ਮਨ ਚ ਵੇਖਿਆ ਯਾਰ ਮੇਰੇ ਅੰਦਰ ਤੇ ਇਹੀ ਭਾਵਨਾ ਮੈਨੂੰ ਸਾਰਾ ਪਾਕਿਸਤਾਨੀ ਪਸੰਦ ਆ ਮੈਂ ਨਹੀਂ ਦੋ ਮੰਨਦਾ ਸੀ ਮੈਂ ਇਸ ਕਿਸੇ ਆਈਟਮ ਨੂੰ ਮੈਂ ਮਾਨਤਾ ਨਹੀਂ ਦਿੰਦਾ ਮੈਂ ਦੇਸ਼ ਨੂੰ ਮਾਨਤਾ ਦਿੰਦਾ ਪੰਜਾਬ ਜਿਹੜਾ ਮੇਰੇ ਲਈ ਪੰਜਾਬ ਇੱਕ ਹੈ ਮੈਂ ਪੰਜਾਬ ਨੂੰ ਦੋ ਨਹੀਂ ਮੰਨਦਾ ਪੰਜਾਬ ਦਾ ਪਾਣੀ ਇੱਕ ਪੰਜਾਬ ਦਾ ਹਵਾ ਪਾਣੀ ਇੱਕ ਬੋਲੀ ਇੱਕ ਬੋਲੀ ਇੱਕ ਸ਼ਕਲ ਸੂਰਤ ਇੱਕ ਸ਼ਕਲ ਸਾਡੀ ਇੱਕ ਕੱਦ ਕਾਰ ਸਾਡਾ ਇੱਕ ਫਿਰ ਫਰਕ ਕੀ ਹੈ ਫਰਕ ਕੀ ਹੈ ਲਕੀਰ ਦਾ ਲਕੀਰ ਦਾ ਪਰਮਾਤਮਾ ਸਭ ਨੂੰ ਸਮਤ ਦੇ ਅਸੀਂ ਜਿਵੇਂ ਵਿਛੜੇ ਮਿਲੀਏ ਅੱਗੋਂ ਸਾਡਾ ਪਿਆਰ ਮੁਹੱਬਤ ਵਧੇ ਅਸੀਂ ਇੱਕ ਹੋ ਕੇ ਰਹੀਏ ਇਹੀ ਮੇਰੀ ਵੀ ਦੁਆ ਹੈ ਚਲੋ ਬੜੀ ਮਿਹਰਬਾਨੀ ਧੰਨਵਾਦ।